ਤਾਂ ਬੀੜ ਸੁਸਾਇਟੀ ਜੋ ਕਿ ਪੰਛੀਆਂ ਦੇ ਬਚਾਅ ਦੇ ਲਈ ਪੰਛੀ ਬਚਾਓ ਫਰਜ਼ ਨਿਭਾਓ ਮੁਹਿੰਮ ਦੇ ਤਹਿਤ ਪਿਛਲੇ 10 ਸਾਲ ਤੋਂ ਕਾਰਜ ਕਰ ਰਹੀ ਹੈ, ਤਾਂ ਇਹਦੇ ਤਹਿਤ ਅਸੀਂ ਹੁਣ ਤੱਕ 15,000 ਮਿੱਟੀ ਦੇ ਆਲ੍ਹਣੇ ਪੰਜਾਬ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਅਤੇ ਸ਼ਹਿਰਾਂ ਦੇ ਵਿੱਚ ਲਾ ਚੁੱਕੇ ਹਾਂ। ਪੰਛੀਆਂ ਦਾ ਮਿੱਟੀ ਦੇ ਆਲ੍ਹਣਿਆਂ ਦਾ ਆਕਾਰ, ਮਿੱਟੀ ਦੇ ਆਲ੍ਹਣਿਆਂ ਦੀ ਸ਼ੇਪ, ਸਾਰੀ ਇਹ ਪੰਛੀਆਂ ਦੇ ਹਿਸਾਬ ਨਾਲ, ਵੱਖ ਵੱਖ ਪੰਛੀਆਂ ਦੇ ਹਿਸਾਬ ਦੇ ਨਾਲ ਇਹ ਤਿਆਰ ਕੀਤੀ ਜਾਂਦੀ ਹੈ, ਅਤੇ ਇਹਦੇ ਵਿੱਚ ਜਿੱਥੇ ਵੀ ਇਹ ਆਲ੍ਹਣੇ ਲਾਏ ਆ ਉਹਦਾ ਨਤੀਜਾ ਬਹੁਤ ਵਧੀਆ ਆਇਆ। ਵਿਗਿਆਨਿਕ ਆਧਾਰ 'ਤੇ ਪ੍ਰੋਜੈਕਟ ਆ, ਅਤੇ ਇਹਨਾਂ 'ਚ ਉਹੀ ਪੰਛੀ ਆਪਦਾ ਆਲ੍ਹਣਾ ਪਾਉਂਦੇ ਆ ਜਿਹੜੇ ਆਪਦਾ ਆਲ੍ਹਣਾ ਆਪ ਤਿਆਰ ਨਹੀਂ ਕਰ ਸਕਦੇ, ਜਾਂ ਜਿਹੜੇ ਖੁੱਡਾਂ ਦੇ ਵਿੱਚ ਰਹਿੰਦੇ ਸੀ। ਤਾਂ 55 ਪ੍ਰਜਾਤੀਆਂ ਵਿਸ਼ਵ ਦੀਆਂ ਇਹਨਾਂ ਦੇ ਵਿੱਚ ਆਲ੍ਹਣਾ ਪਾਉਂਦੀਆਂ। ਜਿੱਥੇ ਅਲੋਪ ਹੋ ਰਹੇ ਪੰਛੀਆਂ ਦੀਆਂ ਪ੍ਰਜਾਤੀਆਂ ਦੇ ਲਈ ਕਈ ਤਰ੍ਹਾਂ ਦੇ ਕਾਰਜ ਕੀਤੇ ਜਾ ਰਹੇ ਨੇ, ਉੱਥੇ ਹੀ ਪਿਛਲੇ 10 ਸਾਲ ਤੋਂ ਪੰਛੀਆਂ ਅਤੇ ਵਾਤਾਵਰਣ ਦੀ ਸੰਭਾਲ ਵਿੱਚ ਲੱਗੀ ਹੈ ਬੀੜ ਸੁਸਾਇਟੀ, ਜਿਨ੍ਹਾਂ ਵੱਲੋਂ ਇਹਨਾਂ ਪੰਛੀਆਂ ਦੇ ਬਚਾਅ ਲਈ ਕਈ ਤਰ੍ਹਾਂ ਦੇ ਕਾਰਜ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਇਸ ਸੰਸਥਾ ਵੱਲੋਂ ਪੰਜਾਬ ਭਰ ਵਿੱਚ ਪੰਛੀ ਵਿਗਿਆਨ ਦੇ ਆਧਾਰ ਤੇ ਵੱਖ ਵੱਖ ਆਕਾਰਾਂ ਦੇ 15,000 ਦੇ ਕਰੀਬ ਮਿੱਟੀ ਦੇ ਆਲ੍ਹਣੇ ਲਗਾਏ ਗਏ ਹਨ, ਜਿਨ੍ਹਾਂ ਵਿੱਚ ਹੁਣ ਤੱਕ 15 ਪ੍ਰਜਾਤੀਆਂ ਬਸੇਰਾ ਕਰ ਚੁੱਕੀਆਂ ਨੇ। ਇੱਥੋਂ ਤੱਕ ਕਿ ਜ਼ਖਮੀ ਜਾਂ ਬਿਮਾਰ ਪੰਛੀਆਂ ਦੇ ਇਲਾਜ ਦੇ ਲਈ ਵੀ ਇਹ ਸੰਸਥਾ ਦਿਨ ਰਾਤ ਇੱਕ ਕਰ ਰਹੀ ਹੈ। ਹੁਣ ਤੱਕ ਇਸ ਸੰਸਥਾ ਵੱਲੋਂ 100 ਤੋਂ ਵੀ ਵੱਧ ਜ਼ਖਮੀ ਪਰਿੰਦਿਆਂ ਦਾ ਇਲਾਜ ਕਰਕੇ ਉਹਨਾਂ ਨੂੰ ਦੁਬਾਰਾ ਅੰਬਰਾਂ ਦੀ ਸੈਰ ਕਰਨ ਦੇ ਯੋਗ ਬਣਾਇਆ ਜਾ ਰਿਹਾ ਹੈ। ਬੀੜ ਵੱਲੋਂ ਪੰਛੀਆਂ ਦੀ ਚੋਗ ਦੇ ਲਈ ਫੀਡਰ ਅਤੇ ਪਾਣੀ ਦੇ ਲਈ ਮਿੱਟੀ ਦੇ ਕੁੰਡਿਆਂ ਦਾ ਪ੍ਰਬੰਧ ਵੀ ਵੱਖ ਵੱਖ ਥਾਵਾਂ ਤੇ ਕੀਤਾ ਜਾ ਰਿਹਾ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਤਾਂ ਬੀੜ ਸੁਸਾਇਟੀ ਜੋ ਕਿ ਪੰਛੀਆਂ ਦੇ ਬਚਾਅ ਦੇ ਲਈ ਪੰਛੀ ਬਚਾਓ ਫਰਜ਼ ਨਿਭਾਓ ਮੁਹਿੰਮ ਦੇ ਤਹਿਤ ਪਿਛਲੇ 10 ਸਾਲ ਤੋਂ ਕਾਰਜ ਕਰ ਰਹੀ ਹੈ, ਤਾਂ ਇਹਦੇ ਤਹਿਤ ਅਸੀਂ ਹੁਣ ਤੱਕ 15,000 ਮਿੱਟੀ ਦੇ ਆਲ੍ਹਣੇ ਪੰਜਾਬ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਅਤੇ ਸ਼ਹਿਰਾਂ ਦੇ ਵਿੱਚ ਲਾ ਚੁੱਕੇ ਹਾਂ, ਅਤੇ ਜਿਹਦਾ ਕਿ ਨਤੀਜਾ ਸਾਨੂੰ ਬਹੁਤ ਹੀ ਵਧੀਆ ਮਿਲਿਆ। ਇਹ ਪ੍ਰੋਜੈਕਟ ਸਾਰਾ ਵਿਗਿਆਨਿਕ ਸੋਚ ਦੇ ਆਧਾਰ 'ਤੇ ਹੈ। ਵਿਗਿਆਨਿਕ ਸੋਚ ਤੋਂ ਮਤਲਬ ਕਿ ਇਹਦਾ ਪੰਛੀਆਂ ਦਾ ਮਿੱਟੀ ਦੇ ਆਲ੍ਹਣਿਆਂ ਦਾ ਆਕਾਰ, ਮਿੱਟੀ ਦੇ ਆਲ੍ਹਣਿਆਂ ਦੀ ਸ਼ੇਪ, ਸਾਰੀ ਇਹ ਪੰਛੀਆਂ ਦੇ ਹਿਸਾਬ ਨਾਲ, ਵੱਖ ਵੱਖ ਪੰਛੀਆਂ ਦੇ ਹਿਸਾਬ ਦੇ ਨਾਲ ਇਹ ਤਿਆਰ ਕੀਤੀ ਜਾਂਦੀ ਹੈ, ਅਤੇ ਇਹਦੇ ਵਿੱਚ ਜਿੱਥੇ ਵੀ ਇਹ ਆਲ੍ਹਣੇ ਲਾਏ ਆ ਉਹਦਾ ਨਤੀਜਾ ਬਹੁਤ ਵਧੀਆ ਆਇਆ। ਤਾਂ ਕੁਝ ਦੋਸਤਾਂ ਵੱਲੋਂ ਸਵਾਲ ਵੀ ਚੱਕੇ ਜਾ ਰਹੇ ਇਹਨਾਂ ਆਲ੍ਹਣਿਆਂ ਦੇ ਉੱਤੇ ਕਿ ਇਹਦੇ ਨਾਲ ਪੰਛੀ ਆਲਸੀ ਹੋ ਜਾਂਦੇ ਆ, ਸੁਸਤ ਹੋ ਜਾਂਦੇ ਆ, ਇਹ ਬਣਿਆ ਬਣਾਇਆ ਆਲ੍ਹਣਾ ਨਹੀਂ ਲਾਉਣਾ ਚਾਹੀਦਾ। ਤਾਂ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ, ਸੁਨੇਹਾ ਦੇਣਾ ਚਾਹੁੰਦਾ ਕਿ ਇਹ ਵਿਗਿਆਨਿਕ ਆਧਾਰ 'ਤੇ ਪ੍ਰੋਜੈਕਟ ਆ, ਅਤੇ ਇਹਨਾਂ 'ਚ ਉਹੀ ਪੰਛੀ ਆਪਦਾ ਆਲ੍ਹਣਾ ਪਾਉਂਦੇ ਆ ਜਿਹੜੇ ਆਪਦਾ ਆਲ੍ਹਣਾ ਆਪ ਤਿਆਰ ਨਹੀਂ ਕਰ ਸਕਦੇ, ਜਾਂ ਜਿਹੜੇ ਖੁੱਡਾਂ ਦੇ ਵਿੱਚ ਰਹਿੰਦੇ ਸੀ। ਤਾਂ 55 ਪ੍ਰਜਾਤੀਆਂ ਵਿਸ਼ਵ ਦੀਆਂ ਇਹਨਾਂ ਦੇ ਵਿੱਚ ਆਲ੍ਹਣਾ ਪਾਉਂਦੀਆਂ, ਅਤੇ ਇਹਨਾਂ ਦਾ ਨਤੀਜਾ ਬਹੁਤ ਵਧੀਆ ਨਿਕਲਿਆ। ਜਿਵੇਂ ਕਿ ਮਿੱਤਰ ਪੰਛੀ ਸਾਡੇ ਘਰੇਲੂ ਚਿੜੀ ਹੋ ਗਈ, ਚੁਗਲ ਹੋ ਗਿਆ, ਗਟਾਰ, ਤੋਤੇ, ਤਾਂ ਇਸ ਤਰ੍ਹਾਂ ਦੇ ਜਿਹੜੇ ਪੰਛੀ ਇਹਨਾਂ ਵਿੱਚ ਹੁਣ ਤੱਕ ਵੱਡੀ ਮਾਤਰਾ ਦੇ ਵਿੱਚ ਆ ਚੁੱਕੇ ਆ, ਅਤੇ ਸਾਡੀਆਂ ਜਿਹੜੀਆਂ ਹੁਣ ਤੱਕ 25 ਸੁਸਾਇਟੀਆਂ ਬਣ ਚੁੱਕੀਆਂ, ਤਾਂ ਉਹਨਾਂ ਸੁਸਾਇਟੀਆਂ ਵੱਲੋਂ ਵੀ ਇਹ ਆਲ੍ਹਣੇ ਲਾਏ ਜਾ ਰਹੇ ਹਨ। ਜਿਵੇਂ ਮੱਲਣ ਹੋ ਗਈ, ਕਬਰ ਵੱਛਾ ਹੋ ਗਈ, ਤਾਂ ਕੈਨੇਡਾ ਦੇ ਵਿੱਚ ਵੀ ਹੁਣ ਇਹ ਸੁਸਾਇਟੀ ਜਿਹੜੀ ਸਾਡੇ ਕਾਰਜ ਕਰ ਰਹੀ ਆ, ਰੱਤੀ ਰੋੜੀ ਹੋ ਗਈ, ਸਿੱਖਾਂ ਵਾਲਾ ਹੋ ਗਈ, ਤਾਂ ਬਹੁਤ ਸਾਰੀਆਂ ਜਿਹੜੀਆਂ ਸੁਸਾਇਟੀਆਂ, ਸਾਰਿਆਂ ਦੇ ਨਾਮ ਨਹੀਂ ਲਏ ਜਾ ਸਕਦੇ, ਤਾਂ ਉਹਨਾਂ ਵੱਲੋਂ ਵੀ ਇਹ ਆਲ੍ਹਣੇ ਲਾਏ ਜਾ ਚੁੱਕੇ, ਅਤੇ ਦਿਨੋ ਦਿਨ ਇਹ ਜਿਹੜੀ ਸਾਡੀ ਜਿਹੜਾ ਕਾਫਲਾ ਇਹ ਵੱਧਦਾ ਜਾ ਰਿਹਾ, ਅਤੇ ਸੱਜਣਾ ਮਿੱਤਰਾਂ ਦੇ ਸਾਥ ਦੇ ਨਾਲ ਜਿਹੜੀ ਬੀੜ ਸੁਸਾਇਟੀ ਆ ਉਹਦੇ ਵੱਲੋਂ ਇਹ ਜਿਹੜੇ ਕਾਰਜ ਦਿਨ ਰਾਤ ਇੱਕ ਕਰਕੇ ਕੀਤੇ ਜਾ ਰਹੇ ਆ ਪੰਛੀਆਂ ਦੇ ਭਲੇ ਵਾਸਤੇ। ਫਰੀਦਕੋਟ ਤੋਂ ਇਕਬਾਲ ਸਿੰਘ, ਹਸਨ ਪੱਟੀ ਦੀ ਰਿਪੋਰਟ। ਫ੍ਰੀ ਸੇਵਾ, ਫ੍ਰੀ ਸਮਾਧਾਨ। ਵਿਦੇਸ਼ ਚ ਬੈਠੇ ਕਿਉਂ ਹੋ ਪਰੇਸ਼ਾਨ? ਤੰਤਰ ਮੰਤਰ, ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਤਾਜ ਬਾਦਸ਼ਾਹ ਸਰਦਾਰ ਧਰਮਿੰਦਰ ਜੀਤ ਸਿੰਘ ਜੀ। ਮੇਰਾ ਕੀਤਾ ਹੋਇਆ ਚੱਲੇਗਾ ਸੱਤ ਸਮੁੰਦਰ ਪਾਰ, ਕੋਈ ਅਜਿਹਾ ਤਾਲਾ ਨਹੀਂ ਜੋ ਖੁੱਲੇ ਨਾ। ਹਰ ਕੰਮ ਹੁੰਦਾ ਹੈ ਕਰਨ ਵਾਲਾ ਚਾਹੀਦਾ, ਹਰ ਸਮੱਸਿਆ ਦਾ ਸਮਾਧਾਨ 100% ਗਾਰੰਟੀ ਨਾਲ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ, ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾਂ ਤੁੜਵਾਉਣਾ, ਲਵ ਮੈਰਿਜ, ਲਾਟਰੀ ਨੰਬਰ, ਪੀਆਰ ਪ੍ਰੋਬਲਮ, ਸੌਤਨ ਜਾਂ
दुश्मन तो छुटकारा, कर्जा मुक्ति, सास नू पति पत्नी विच अनबन, मन चाहा प्यार, बच्चे कहने तो बार, कार विच कलेश, तुहाडा कोई भैन भरा पति पत्नी प्रेमी प्रेमिका किसी दे वस विच है, उस नू बाहर कढ़न लई तुरंत संपर्क करो सरदार धर्मिंदरजीत सिंह जी नाल 9878489026।